ਨਗਰ ਵਿੱਚ ਗਿਆ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆਪ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੂਰੇ ਦੇਸ਼ ਵਿੱਚ ਚੱਲ ਰਹੇ ਸ਼ਹੀਦੀ ਜੋੜ ਮੇਲੇ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੇ ਸੰਬੰਧ ਵਿੱਚ ਗੁਰਦਾਸਪੁਰ ਦੇ ਪਿੰਡ ਸੈਦੋਵਾਲ ਕਲਾਂ ਵਿੱਚ ਨਗਰ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਭਲੇ ਦੀ ਅਰਦਾਸ ਕੀਤੀ ਗਈ ਅਤੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ ਗਿਆ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਅਤੇ ਅੱਜ ਜਿਹੜਾ ਸਾਡਾ ਅਸੀਂ ਜੋ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸਰਹੰਦ ਵਿਖੇ, ਪਹਿਲਾਂ ਤਾਂ ਮੈਂ ਉਸ ਧਰਤੀ ਨੂੰ ਕੋਟਨ ਕੋਟ ਪ੍ਰਣਾਮ ਕਰਦਾ। ਉਸ ਤੋਂ ਬਾਅਦ ਸੈਦੋਵਾਲ ਕਲਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਕਿ ਸਾਡੇ ਮਹਾਨ ਪੈਗੰਬਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਹੀ ਪਰਿਵਾਰ ਜਿਹੜਾ ਅੱਜ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਦਾ ਸ਼ਹੀਦੀ ਜੋੜ ਮੇਲਾ ਸ਼ਹੀਦ ਹੋਏ ਸੀ, ਉਹਨਾਂ ਦੇ ਸੰਬੰਧ ਵਿੱਚ ਗੁਰਦੁਆਰਾ ਕਮੇਟੀ ਵੱਲੋਂ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੀ ਸੰਗਤ ਨਾਲ ਮਿਲ ਕੇ ਉਹਨਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਦਿੱਤੀ ਹੈ। ਕੈਂਡਲ ਮਾਰਚ ਕੀਤਾ ਜੋ ਕਿ ਗੁਰਦੁਆਰਾ ਸਾਹਿਬ ਵਿਖੇ ਤੋਂ ਚੱਲ ਕੇ ਸੈਦੋਵਾਲ ਕਲਾਂ ਅੱਡੇ ਦੇ ਵਿੱਚ ਪਹੁੰਚਿਆ ਅਤੇ ਉਸ ਤੋਂ ਬਾਅਦ ਹੀ ਸਮਾਪਤੀ ਜਿਹੜੀ ਹੈ ਗੁਰਦੁਆਰਾ ਸਾਹਿਬ ਵਿੱਚ ਹੋਈ ਹੈ। ਸੋ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ, ਉਹਨਾਂ ਦੇ ਪਰਿਵਾਰ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ, ਸਾਰਾ ਹੀ ਸਰਬੰਸ ਦਾਨੀ ਜਿਹੜੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਹੀ ਪਰਿਵਾਰ ਜਿਹੜਾ ਸਾਡੇ ਭਾਰਤ ਲਈ, ਸਾਡੇ ਦੇਸ਼ ਲਈ ਆਪਣਾ ਨਿਸ਼ਾਵਰ ਕਰਤਾ, ਉਹਨਾਂ ਲਈ ਇਹ ਛੋਟੀ ਜਿਹੀ ਇੱਕ ਜਿਹੜੀ ਇਹ ਕੈਂਡਲ ਮਾਰਚ ਕੱਢਿਆ ਅਤੇ ਉਹਦੇ ਨਾਲ ਹੀ ਅੱਜ ਅਸੀਂ ਜਿੱਥੇ ਗੁਰੂ ਸਾਹਿਬ ਨੂੰ ਕੁਰਬਾਨੀਆਂ ਨੂੰ ਕੋਟਣ ਕੋਟ ਸੰਗਤਾਂ ਨੇ ਪ੍ਰਣਾਮ ਕੀਤਾ ਵਾ ਪੈਦਲ ਯਾਤਰਾ ਕਰਕੇ, ਉੱਥੇ ਹੀ ਮੈਂ ਜਿਹੜੇ ਦਿੱਲੀ ਵਿੱਚ ਸਾਡੇ ਕਿਸਾਨ ਵੀਰ ਬਹੁਤ ਵੱਡਾ ਸੰਘਰਸ਼ ਲਾੜੇ ਆ, ਉੱਥੇ ਵੀ ਉਹਨਾਂ ਦੀ ਅਸੀਂ ਇਹ ਕੈਂਡਲ ਮਾਰਚ 'ਚ ਫਤਿਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਆ ਕਿ ਉਹਨਾਂ ਨੂੰ ਵੀ ਉੱਥੇ ਫਤਿਹ ਮਿਲੇ, ਕਿਉਂਕਿ ਉਹ ਅੰਨਦਾਤਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ, ਨਿੱਕੇ ਨਿੱਕੇ ਬੱਚੇ, ਬੁੱਢੇ, ਨੌਜਵਾਨ ਸਾਡੇ ਲਗਾਤਾਰ ਸ਼ਹੀਦੀਆਂ ਪਾਈ ਜਾ ਰਹੇ ਨੇ ਇੰਨੀ ਠੰਡ ਵਿੱਚ। ਸੋ ਉਹਨਾਂ ਦੇ ਵਾਸਤੇ ਵੀ, ਅਸੀਂ ਕਿਸਾਨ ਵੀਰਾਂ ਵਾਸਤੇ ਵੀ ਇਹ ਅੱਜ ਜਿਹੜਾ ਇਹ ਆਪਣੀ ਜਿਹੜੀ ਆ ਇਹ ਕੈਂਡਲ ਮਾਰਚ ਕੀਤਾ, ਔਰ ਸਭ ਤੋਂ ਜ਼ਿਆਦਾ ਇਹ ਅਹਿਮ ਜਿਹੜਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਇਹ ਸਾਡਾ ਜਿਹੜਾ ਪ੍ਰੋਗਰਾਮ ਹੋਇਆ ਹੈ। ਸਾਰਿਆਂ ਦਾ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ, ਵਾਹਿਗੁਰੂ। ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੀ ਕਮੇਟੀ ਜੋ ਜਿਨ੍ਹਾਂ ਨੇ ਸ਼ਹੀਦੀ ਜੋੜ ਮੇਲੇ ਜੋ ਚੱਲ ਰਹੇ ਨੇ ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੇ ਨਗਰ ਦੇ ਵਿੱਚ ਕੈਂਡਲ ਮਾਰਚ ਕੀਤਾ ਗਿਆ ਅਤੇ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕੀਤਾ ਗਿਆ। ਸਾਰੀ ਸੰਗਤ ਜਿਹੜੀ ਹੈ ਸਾਡੇ ਨਾਲ ਰਲ ਮਿਲ ਕੇ ਹੁੰਗਾਰਾ ਦੇ ਰਹੀ ਸੀ। ਸੋ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਸਾਰੀਆਂ ਸੰਗਤਾਂ ਨੇ ਰਲ ਮਿਲ ਕੇ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਸਾਰਿਆਂ ਨੇ ਰਲ ਮਿਲ ਕੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਆ ਸਾਰੀਆਂ ਸੰਗਤਾਂ ਦਾ। ਅਤੇ ਇਸ ਤੋਂ ਇਲਾਵਾ ਜੋ ਦਿੱਲੀ ਵਿੱਚ ਸਾਡੇ ਕਿਸਾਨ ਵੀਰ ਲਗਾਤਾਰ ਕਾਫੀ ਚਿਰਾਂ ਤੋਂ ਜੋ ਧਰਨਾ ਦੇ ਰਹੇ ਨੇ ਆਪਣੇ ਹੱਕਾਂ ਵਾਸਤੇ, ਅਸੀਂ ਉਹਨਾਂ ਵਾਸਤੇ ਵੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ। ਪਾਤਸ਼ਾਹ ਜੀ, ਤੁਸੀਂ ਉਹਨਾਂ 'ਤੇ ਮੇਰਾ ਪਰਿਆ ਹੱਥ ਰੱਖਣਾ, ਜੋ ਸਾਡੇ ਸ਼ਹੀਦ ਹੋਏ ਨੇ ਉੱਥੇ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਹੈ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅਰਦਾਸ ਕਰਦੇ ਹਾਂ, ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਅਤੇ ਮੋਰਚਾ ਜਿਹੜਾ ਫਤਿਹ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।